ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੇ ਨਵਜੋਤ ਸਿੱਧੂ ਉੱਤੇ ਹਮਲੇ ਲਗਾਤਾਰ ਜਾਰੀ ਨੇ। ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲਿਕ ਨੇ ਸਿੱਧੂ ਨੂੰ ਪਾਕਿਸਤਾਨ ਸਰਕਾਰ ਦਾ ਬੁਲਾਰਾ ਕਹਿ ਦਿੱਤਾ। ਇਸ ਤੋਂ ਬਾਅਦ ਮਲਿਕ ਨੇ ਸਿੱਧੂ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਇੱਕ ਜੀ ਨਵਜੋਤ ਸਿੰਘ ਸਿੱਧੂ ਨੇ ਦੁਬਾਰਾ ਕਿਹਾ ਕਿ ਹੁਣ ਸਿਲਕ ਰੂਟ ਖੁੱਲਣਾ ਚਾਹੀਦਾ ਜੀ ਪਾਕਿਸਤਾਨ ਜਾ ਕੇ। ਨਹੀਂ, ਖੈਰ ਨਵਜੋਤ ਸਿੰਘ ਸਿੱਧੂ ਦੀ ਕਿਸੇ ਗੱਲ ਨੂੰ ਮੈਂ, ਉਹ ਇੱਕ ਪਾਕਿਸਤਾਨ ਦਾ ਬੁਲਾਰਾ ਹੈ, ਸਪੋਕਸਪਰਸਨ ਹੈ, ਮੈਂ ਆਈ ਡੋਂਟ ਇਵਨ ਵਿਸ਼ ਟੂ ਕਮੈਂਟ ਔਨ ਸੱਚ ਅ ਪਰਸਨ। ਬਿਕਰਮ ਮਜੀਠੀਆ ਤੋਂ ਬਾਅਦ ਸ਼ਵੇਤ ਮਲਿਕ ਅਜਿਹੇ ਨੇਤਾ ਹਨ ਜਿਸ ਨਾਲ ਸਿੱਧੂ ਦਾ 36 ਦਾ ਅੰਕੜਾ ਹੈ। ਦੋਹਾਂ ਵੱਲੋਂ ਅਕਸਰ ਇੱਕ ਦੂਜੇ ਖਿਲਾਫ ਜੰਮ ਕੇ ਬਿਆਨਬਾਜ਼ੀ ਕੀਤੀ ਜਾਂਦੀ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ, ਜਗਬਾਣੀ ਟੀਵੀ।